ਤੁਹਾਡਾ ਡਿਸਟ੍ਰਿਕਟ ਠੀਕ ਚੱਲ ਰਿਹਾ, ਜ਼ਿਆਦਾ ਹੋਰ ਕੋਈ ਕੇਸ ਤਾਂ ਨਹੀਂ ਹੋਏ ਕੋਈ? ਨਹੀਂ ਸਰ, ਬਿਲਕੁਲ ਅੰਡਰ ਕੰਟਰੋਲ ਹੈ, ਕੋਈ ਇਸ਼ੂ ਨਹੀਂ ਹੈ ਸਰ। ਔਰ ਤੁਸੀਂ ਦੱਸੋ, ਤੁਹਾਨੂੰ ਕੋਈ ਤਕਲੀਫ ਕਿਸੇ ਗੱਲ ਦੀ, ਤੁਹਾਨੂੰ ਤੁਹਾਡੇ ਜਿਹੜੇ ਸਾਥੀ ਨੇ ਉਸ CMO ਦੇ ਆਫਿਸ? ਸਰ ਠੀਕ ਹੈ, ਸਾਰਾ ਕੁਝ ਅੰਡਰ ਕੰਟਰੋਲ ਹੈ, ਠੀਕ ਹੈ ਸਰ। ਓਕੇ, ਬਸ ਤੁਸੀਂ ਠੀਕ ਰਹੋ, ਤੁਸੀਂ ਵੀ। ਮੈਂ ਦੇਖ ਰਿਹਾ ਕਿ ਤੁਸੀਂ ਮਾਸਕ ਨਹੀਂ ਪਾ ਰਹੇ, ਮਾਸਕ ਜ਼ਰੂਰ ਪਾਓ। ਔਰ ਰੋਟੀ ਰੋਟੀ ਸਾਰੀ ਮਿਲਦੀ ਹੈ ਤੁਹਾਨੂੰ? ਠੀਕ, ਹਾਂਜੀ ਸਰ, ਸਾਰਾ ਮਿਲ ਰਿਹਾ ਜੀ, ਸਭ ਕੁਝ ਲਿਆ ਰਿਹਾ। ਅੱਛਾ ਬੇਟਾ, ਸ਼ਾਬਾਸ਼ ਸ਼ਾਬਾਸ਼ ਸਾਰਿਆਂ ਨੂੰ ਮੇਰੇ ਵੱਲੋਂ। ਕੋਰੋਨਾ ਵਾਇਰਸ ਨੂੰ ਲੈ ਕੇ ਪੂਰਾ ਭਾਰਤ ਲੌਕਡਾਊਨ ਹੈ, ਔਰ ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਸਟੇਟ ਦੇ ਵਿੱਚ ਵੀ ਪੂਰੀ ਤਰ੍ਹਾਂ ਕਰਫਿਊ ਲੱਗਾ ਹੈ, ਲੇਕਿਨ ਪੰਜਾਬ ਸਰਕਾਰ ਦੇ ਵਿੱਚ ਬਤੌਰ ਮੁੱਖ ਮੰਤਰੀ ਪੰਜਾਬ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਪ੍ਰਸ਼ਾਸਨ ਦੇ ਉੱਪਰ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਹੈ। ਬੇਸ਼ੱਕ ਉਹ ਚੰਡੀਗੜ੍ਹ ਬੈਠੇ ਹੋਣ ਜਾਂ ਜਿੱਥੇ ਵੀ ਮਰਜ਼ੀ ਬੈਠੇ ਹੋਣ, ਲੇਕਿਨ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਪਲ ਪਲ ਜੁੜੇ ਹੋਏ ਨੇ, ਔਰ ਉਹਨਾਂ ਨੂੰ ਵੀਡੀਓ ਕਾਲ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਪੁੱਛ ਰਹੇ ਨੇ, ਔਰ ਦੂਜੀ ਗੱਲ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਆਵਾਮ ਦਾ ਸਹਿਯੋਗ ਮਿਲਦਾ ਹੈ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਹ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਵੀਡੀਓ ਕਾਲ ਰਾਹੀਂ ਉਹ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਦੇ ਨਾਲ ਔਰ ਉੱਥੇ ਦੇ ਪ੍ਰਸ਼ਾਸਨ ਦੇ ਨਾਲ, ਡਾਕਟਰਸ ਦੇ ਨਾਲ ਜੁੜੇ ਹੋਏ ਨੇ, ਔਰ ਉਹਨਾਂ ਦੇ ਕੋਲੋਂ ਪੁੱਛ ਰਹੇ ਨੇ ਮੌਜੂਦਾ ਸਥਿਤੀ ਬਾਰੇ। ਆਓ ਵੇਖਦੇ ਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਵੀਡੀਓ। ਮੈਂ ਸਰ ਸਿਵਲ ਸਰਜਨ ਆਫਿਸ ਤਰਨਤਾਰਨ। ਬਾਕੀ ਤੁਹਾਡਾ ਡਿਸਟ੍ਰਿਕਟ ਠੀਕ ਚੱਲ ਰਿਹਾ, ਜ਼ਿਆਦਾ ਹੋਰ ਕੋਈ ਕੇਸ ਤਾਂ ਨਹੀਂ ਹੋਏ ਕੋਈ? ਨਹੀਂ ਸਰ, ਬਿਲਕੁਲ ਅੰਡਰ ਕੰਟਰੋਲ ਹੈ, ਕੋਈ ਇਸ਼ੂ ਨਹੀਂ ਹੈ ਸਰ। ਔਰ ਤੁਸੀਂ ਦੱਸੋ, ਤੁਹਾਨੂੰ ਕੋਈ ਤਕਲੀਫ ਕਿਸੇ ਗੱਲ ਦੀ, ਤੁਹਾਨੂੰ ਤੁਹਾਡੇ ਜਿਹੜੇ ਸਾਥੀ ਨੇ ਉਸ CMO ਦੇ ਆਫਿਸ 'ਚ? ਸਰ ਠੀਕ ਹੈ, ਸਾਰਾ ਕੁਝ ਅੰਡਰ ਕੰਟਰੋਲ ਹੈ, ਠੀਕ ਹੈ ਸਰ। ਓਕੇ, ਬਸ ਤੁਸੀਂ ਠੀਕ ਰਹੋ, ਤੁਸੀਂ ਵੀ। ਮੈਂ ਦੇਖ ਰਿਹਾ ਕਿ ਤੁਸੀਂ ਮਾਸਕ ਨਹੀਂ ਪਾ ਰਹੇ, ਮਾਸਕ ਜ਼ਰੂਰ ਪਾਓ। ਔਰ ਆਪਣੇ ਪਰਿਵਾਰ ਨੂੰ, ਅੱਛਾ ਆਫਿਸ ਨੂੰ, ਆਪਣੇ ਪਰਿਵਾਰ ਨੂੰ ਵੀ ਸੁਖੀ ਰੱਖੋ, ਔਰ ਸਾਰੇ ਸਾਥੀਆਂ ਨੂੰ ਮੇਰੀ ਫਤਿਹ ਬਣਾ ਦੇਣਾ ਪਲੀਜ਼। ਹੈਲੋ ਗੁਰਦੇਵ, ਕੀ ਹਾਲ ਹੈ ਤੁਹਾਡਾ? ਤਕੜੇ ਹੋ ਸਾਰੇ? ਸਤਿ ਸ਼੍ਰੀ ਅਕਾਲ। ਆਪਾਂ ਆਪਣੇ ਔਰ ਆਪਣੇ ਸਾਥੀਆਂ ਦਾ ਧਿਆਨ ਰੱਖ ਰਹੇ ਹੋ? ਤੁਸੀਂ ਘੁੰਮ ਰਹੇ ਸਾਰੇ ਹੋ, ਪਰ ਮਾਸਕ ਮੂਸਕ ਪਾ ਕੇ ਰੱਖਣਾ, ਔਰ ਰੋਟੀ ਰੋਟੀ ਸਾਰੀ ਮਿਲਦੀ ਹੈ ਤੁਹਾਨੂੰ? ਠੀਕ, ਹਾਂਜੀ ਸਰ, ਸਾਰੇ ਮਿਲ ਰਹੇ ਜੀ, ਸਭ ਕੁਝ ਲਿਆ ਰਿਹਾ ਜੀ ਥਾਣੇ ਤੋਂ। ਅੱਛਾ ਬੇਟਾ, ਸ਼ਾਬਾਸ਼ ਸ਼ਾਬਾਸ਼ ਸਾਰਿਆਂ ਨੂੰ ਮੇਰੇ ਵੱਲੋਂ ਧੰਨਵਾਦ ਕਰਨਾ, ਔਰ ਮੇਰੀ ਫਤਿਹ ਬੁਲਾਉਣਾ ਸਾਰਿਆਂ ਨੂੰ, ਔਰ ਵਾਹਿਗੁਰੂ ਕਰੇ ਤੁਹਾਡੇ ਪਰਿਵਾਰ ਵੀ ਸੁਖੀ ਰਹੇ, ਔਰ ਲੋਕਾਂ ਨਾਲ ਪਿਆਰ ਨਾਲ ਹੈ। ਆਪਾਂ ਇਹ ਔਖੀ ਘੜੀ ਵਿੱਚੋਂ ਲੰਘ ਰਹੇ, ਆਪਾਂ ਤਾਂ ਪਿਆਰ ਨਾਲ ਸਾਰਿਆਂ ਨਾਲ ਚਲਾਉਣਾ ਇਹਨਾਂ ਨੂੰ। ਹਾਂਜੀ ਸਰ। ਕਿੱਥੇ ਕਿੱਥੇ ਹੋ ਕਿੱਥੇ ਹੋ ਤੁਸੀਂ ਇਸ ਵੇਲੇ? ਸਰ ਅਸੀਂ ਟੀ ਪੁਆਇੰਟ ਆਪਣਾ ਗੱਜੂਮਾਜਰਾ ਸਰ, ਸੰਗਰੂਰ ਰੋਡ ਪਟਿਆਲਾ ਸਰ। ਅੱਛਾ, ਪਟਿਆਲੇ ਵਿੱਚ। ਅੱਛਾ, ਹੋਰ ਠੀਕ ਹੋ ਤੁਸੀਂ? ਤੁਹਾਡਾ ਪਰਿਵਾਰ ਠੀਕ ਹੈ? ਸਰ 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 ਤੁਹਾਡਾ ਆਸ਼ੀਰਵਾਦ ਹੈ, ਬਹੁਤ ਵਧੀਆ ਸਰ। ਅੱਛਾ, ਇੱਥੇ ਕੰਮ ਠੀਕ ਚੱਲ ਰਿਹਾ ਆਪਣਾ? ਹਾਂਜੀ ਹਾਂਜੀ ਸਰ, ਬਹੁਤ ਵਧੀਆ ਜੀ। ਅੱਛਾ ਬੇਟਾ, ਕੋਈ ਗੱਲ ਹੋਏ ਤਾਂ ਮੈਨੂੰ ਦੱਸਣਾ ਜ਼ਰੂਰ। ਬਾਕੀ ਸਾਰਿਆਂ ਨੂੰ ਜਿਹੜੇ ਤੁਹਾਡੇ ਸਾਥੀ ਨੇ, ਮੇਰੀ ਫਤਿਹ ਬੁਲਾਉਣਾ ਉਹਨਾਂ ਨੂੰ ਸਾਰਿਆਂ ਨੂੰ। ਠੀਕ ਹੈ ਸਰ, ਥੈਂਕ ਯੂ ਜੀ, ਥੈਂਕ ਯੂ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ। 3 ਘੰਟੇ 'ਚ ਪਾਓ ਹਰ ਪਰੇਸ਼ਾਨੀ ਦਾ ਹੱਲ। 7 ਦਿਲਮਾਂ ਦੇ ਮਾਹਿਰ, ਮੇਰੇ ਕਿੱਤੇ ਨੂੰ ਕੋਈ ਘੱਟ ਨਹੀਂ ਸਕਦਾ। ਸਪੈਸ਼ਲਿਸਟ ਲਵ ਮੈਰਿਜ, ਵਸ਼ੀਕਰਨ, ਲੋਟਰੀ ਨੰਬਰ, ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ 'ਚ ਅਣਬਣ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਨਸ਼ਾ ਜਾਂ ਬੁਰੀ ਸੰਗਤ ਛੁਡਵਾਉਣਾ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਵਿੱਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵੱਸ 'ਚ ਕਰੋ।
ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ। ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਅਤੇ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। 9996826004